ਗੱਲ ਕਰਕੇ ਮਨਾਈ ਗਈ ਹੈ ਕਿ ਆਪਾਂ ਆਮ ਦੇਖਦੇ ਹਾਂ ਕਿ ਜਿਹੜੇ ਮੁੰਡੇ ਨੇ ਉਹਨਾਂ ਦੀ ਲੋਹੜੀ ਮਨਾਈ ਜਾਂਦੀ ਹੈ, ਕੁੜੀਆਂ ਦੀ ਕੋਈ ਵੀ ਲੋਹੜੀ ਜਾਂ ਖੁਸ਼ੀ ਨਹੀਂ ਮਨਾਉਂਦਾ। ਤਾਂ ਅਸੀਂ ਅੱਜ ਇੱਥੇ ਇਸ ਕਰਕੇ ਲੋਹੜੀ ਮਨਾਈ ਹੈ ਕਿ ਜਿਹੜੀਆਂ ਵੀ ਕੁੜੀਆਂ ਆਪਣੇ ਸਾਡੇ ਹੋਸਪਿਟਲ ਦੇ ਵਿੱਚ ਹੋਈਆਂ ਨੇ ਉਹਨਾਂ ਨੂੰ ਅਸੀਂ ਇੱਕ ਛੋਟਾ ਜਿਹਾ ਗਿਫਟ ਦਿੱਤਾ, ਅਤੇ ਉਹਨਾਂ ਦੇ ਮਾਪਿਆਂ ਨੂੰ ਇਹ ਲੱਗੇ ਕਿ ਸਾਡੇ ਘਰ ਖੁਸ਼ੀ ਆਈ ਹੈ, ਇੱਕ ਚੰਗੀ ਸੁਗਾਤ ਪਰਮਾਤਮਾ ਨੇ ਦਿੱਤੀ ਹੈ। ਤਾਂ ਉਹ ਇਸੇ ਤਰ੍ਹਾਂ ਹਰ ਸਾਲ ਉਹਨਾਂ ਧੀਆਂ ਦੀ ਲੋਹੜੀ ਮਨਾਉਂਦੇ ਰਹਿਣ। ਹਲੇ ਸਾਨੂੰ ਤਾਂ ਇੰਨਾ ਉਰੇ ਸਿਵਲ ਹੋਸਪਿਟਲ 'ਚ ਇੰਨਾ ਫਰਕ ਨਹੀਂ ਲੱਗਦਾ ਹੈਗਾ, ਕਿਉਂਕਿ ਹਲੇ ਵੀ ਜਦੋਂ ਦੂਜੀ ਕੁੜੀ ਹੁੰਦੀ ਹੈ ਮਾਪੇ ਥੋੜ੍ਹੇ ਜਿਹੇ ਉਦਾਸ ਹੋ ਜਾਂਦੇ ਨੇ, ਪਹਿਲੀ ਕੁੜੀ ਦੇ ਵੀ ਕਈ ਮਾਪੇ ਉਦਾਸ ਹੋ ਜਾਂਦੇ ਨੇ, ਕਹਿ ਦਿੰਦੇ ਨੇ ਜੇ ਉਹਨਾਂ ਨੂੰ ਪੁੱਛੋ ਕਿ ਤੁਹਾਡੇ ਕਿੰਨੇ ਬੱਚੇ ਨੇ ਤਾਂ ਉਹਨਾਂ ਕੁੜੀਆਂ ਨੂੰ ਗਿਣਦੇ ਹੀ ਨਹੀਂ, ਗਿਣਤੀ 'ਚ ਹੀ ਨਹੀਂ ਲਿਆਉਂਦੇ ਹੈਗੇ ਉਹਨਾਂ, ਉਹ ਸਮਝਦੇ ਨੇ ਉਹ ਬੱਚੇ ਨਹੀਂ ਹੁੰਦੇ ਹੈਗੇ, ਮੁੰਡਾ ਹੀ ਹੈ ਇਕੱਲਾ ਉਹੀ ਬੱਚਾ। ਇਸ ਕਰਕੇ ਹਲੇ ਵੀ ਬਹੁਤ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੈ, ਪਰ ਆਪਾਂ ਇੱਕ ਸੁਸਾਇਟੀ ਦੇ ਇੱਕ ਅੱਛੇ ਉਸ 'ਤੇ ਬੈਠੇ ਹਾਂ, ਤਾਂ ਆਪਾਂ ਨੂੰ ਹੀ ਸੋਚ, ਆਪਾਂ ਜੇ ਉਹਨਾਂ ਨੂੰ ਸਿਖਾਵਾਂਗੇ ਦੱਸਾਂਗੇ ਤਾਂ ਉਹ ਅੱਗੇ ਇਹ ਸੋਚ ਅੱਗੇ ਦੀ ਅੱਗੇ ਵਧੂਗੀ। ਅੱਜ ਸਿਹਤ ਵਿਭਾਗ ਵੱਲੋਂ ਜੱਚਾ ਬੱਚਾ ਹੋਸਪਿਟਲ ਹਸਪਤਾਲ ਬਠਿੰਡਾ ਵਿਖੇ ਹਰ ਸਾਲ ਵਗਨ ਧੀਆਂ ਦੀ ਲੋਹੜੀ ਮਨਾਈ ਜਾ ਰਹੀ ਹੈ। ਹੁਣ ਲੋਹੜੀ ਇੱਕ ਆਪਣਾ ਇੱਕ ਇਹੋ ਜਿਹਾ ਤਿਉਹਾਰ ਹੈ ਜਿਹੜਾ ਹਮੇਸ਼ਾ ਮੁੰਡਿਆਂ ਵਾਸਤੇ ਮਨਾਇਆ ਜਾਂਦਾ ਸੀ, ਪਰ ਹੁਣ ਆਪਣੇ ਲਿੰਗ ਅਨੁਪਾਤ ਇੰਨਾ ਕੁ ਵਿਗੜ ਗਿਆ ਹੈ ਕਿ ਹੁਣ ਧੀਆਂ ਦੀ ਲੋਹੜੀ ਮਨਾਉਣੀ ਸ਼ੁਰੂ ਕੀਤੀ ਹੈ, ਤਾਂ ਕਿ ਆਪਾਂ ਨੂੰ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਤਹਿਤ ਆਪਾਂ ਜਿਹੜਾ ਬੱਚੀਆਂ ਦਾ ਜਨਮ ਹੈ ਉਹਨੂੰ ਸੁਰੱਖਿਅਤ ਕਰ ਸਕੀਏ। ਹੁਣ ਇੱਥੇ 21 ਬੱਚੀਆਂ ਸੀ ਜਿਹੜੀਆਂ ਜਿਨ੍ਹਾਂ ਦੀ ਪਹਿਲੀ ਲੋਹੜੀ ਸੀ, ਉਹਨਾਂ ਨੂੰ ਅਸੀਂ ਇੱਕ ਛੋਟੀ ਛੋਟੀ ਭੇਂਟ ਵਿਭਾਗ ਵੱਲੋਂ ਦਿੱਤੀ ਹੈ, ਅਤੇ ਨਾਲ ਅਸੀਂ ਮੈਂ ਸਾਰਿਆਂ ਨੂੰ ਇੱਕ ਇਹ ਬੇਨਤੀ ਕਰਦੀ ਹਾਂ ਕਿ ਹੁਣ ਧੀ ਦੇ ਹੋਣ 'ਤੇ ਇੱਕ ਤਾਂ ਰੋਣ ਨਾ, ਕਿਉਂਕਿ ਤੁਸੀਂ ਦੇਖਿਆ ਹੋਣਾ ਜਦੋਂ ਜਨਮ ਹੁੰਦਾ ਅੱਧੀ ਤੋਂ ਜ਼ਿਆਦਾ ਘਰਾਂ ਵਿੱਚ ਇੱਕ ਤਾਂ ਨਹੀਂ ਹੋਈ ਜੀਵਨ ਅਤੇ ਸਮਾਜ ਅੱਗੇ ਚੱਲੇਗਾ, ਅਤੇ ਫਿਰ ਉਹੀ ਗੱਲ ਕਿ ਲੜਕੀਆਂ ਹੈ ਨਹੀਂ, ਰੱਖੜੀ ਕੌਣ ਬੰਨੂਗਾ। ਆਪਣੇ ਜਿਹੜੇ ਤਿਉਹਾਰ ਨੇ ਬਹੁਤ ਸਾਰੇ ਬਹੁਤ ਇਹੋ ਜਿਹੇ ਨੇ ਜਿਹੜੇ ਸਿਰਫ ਲੜਕੀਆਂ ਦੇ ਜੇ ਘਰ 'ਚ ਹੋਣਗੀਆਂ ਲੜਕਿਆਂ ਨਾਲ ਤਾਂ ਪੂਰੇ ਹੁੰਦੇ ਹੈ, ਰੱਖੜੀ ਨਹੀਂ ਬੰਨ੍ਹੀ ਜਾ ਸਕਦੀ। ਹੁਣ ਭਰਾ ਦਾ ਮੁੰਡੇ ਦਾ ਵਿਆਹ ਹੁੰਦਾ ਤਾਂ ਬਹੁਤ ਸਾਰੇ ਤਿਉਹਾਰ ਇਹੋ ਜਿਹੇ ਜਿਹੜੀਆਂ ਭੈਣਾਂ ਪੂਰੀਆਂ ਕਰਦੀਆਂ ਨੇ, ਅਤੇ ਫਿਰ ਉਦੋਂ ਲੱਭੀਆਂ ਜਾਂਦੀਆਂ, ਨਰਾਤੇ ਆਉਂਦੇ ਨੇ ਫਿਰ ਆਪਾਂ ਕੁੜੀਆਂ ਲੱਭਦੇ ਹਾਂ ਕਿ ਕੰਜਕਾਂ ਕਿੱਥੋਂ ਲੱਭੀਏ, ਫਿਰ ਆਂਢ ਗੁਆਂਢ 'ਚ ਦੂਸਰੇ ਮੁਹੱਲਿਆਂ ਜਾ ਕੇ ਲੱਭਦੇ ਹਾਂ। ਮੇਰੀ ਫਿਰ ਉਹੀ ਸਾਰਿਆਂ ਨੂੰ ਬੇਨਤੀ ਹੈ ਕਿ ਲੜਕੀਆਂ ਅਤੇ ਲੜਕਿਆਂ 'ਚ ਫਰਕ ਨਾ ਕਰੋ, ਲੜਕੀਆਂ ਨੂੰ ਉਨੀ ਹੀ ਇੱਕ ਅਹਿਮੀਅਤ ਦਿਓ ਜਿੰਨੀ ਲੜਕੀਆਂ ਨੂੰ ਦਿੰਦੇ ਹੋ, ਪੜ੍ਹਾਓ ਲਿਖਾਓ, ਉਹਨਾਂ ਦੇ ਪੈਰਾਂ 'ਤੇ ਖੜ੍ਹੇ ਕਰੋ। ਲੜਕੀਆਂ ਲੜਕਿਆਂ ਤੋਂ ਕਿਸੇ ਤਰ੍ਹਾਂ ਘੱਟ ਨਹੀਂ ਹੈ। ਰਾਸ਼ਟਰਪਤੀ ਨੇ, ਪ੍ਰਧਾਨ ਮੰਤਰੀ ਨੇ, ਬੈਂਕਾਂ ਦੀਆਂ ਇੰਚਾਰਜ ਨੇ, ਆਪਣੇ ਸਾਇੰਟਿਸਟ ਨੇ, ਆਪਾਂ ਦੇਖਿਆ ਆਪਣਾ ਚੰਦਰਯਾਨ ਗਿਆ ਉਹਦੇ 'ਚ ਜ਼ਿਆਦਾਤਰ ਔਰਤਾਂ ਹੀ ਸੀ ਜਿਹੜੀਆਂ ਸਾਇੰਟਿਸਟ ਸੀ, ਜਿਨ੍ਹਾਂ ਦਾ ਇੱਕ ਮੁੱਖ ਮੈਂ ਵੀ ਇੱਕ ਹਾਂ, ਔਰ ਮੈਂ ਬੜੇ ਮੈਂ ਇੱਕ ਕਿਹਨੂੰ ਕਹਿੰਦੇ ਨਾ, ਮੈਨੂੰ ਇੱਕ ਬੜਾ ਗੁਮਾਨ ਹੈ ਇਸ ਗੱਲ ਦਾ ਕਿ ਮੈਂ ਆਪਣੇ ਮਾਂ ਬਾਪ ਦੀ ਦੂਸਰੀ ਲੜਕੀ ਹਾਂ। ਮੇਰੀ ਇੱਕ ਵੱਡੀ ਭੈਣ ਹੈ ਅਤੇ ਔਰ ਮੇਰੇ ਜਨਮ 'ਤੇ ਮੇਰੇ ਪਾਪਾ ਨੇ ਮਿਠਾਈ ਵੰਡੀ ਸੀ ਸਾਰੇ ਉਸ ਏਰੀਏ ਵਿੱਚ ਜਿੱਥੇ ਉਹ ਇੱਕ ਖੁਦ ਡਾਕਟਰ ਨੇ ਜਿੱਥੇ ਉਹ ਪੋਸਟਡ ਸੀਗੇ। ਮੈਂ ਕਹਿਣ ਦਾ ਭਾਵ ਇਹ ਹੈ ਕਿ ਲੋਕ ਪਹਿਲੀ ਧੀ ਦੇ ਜਨਮ 'ਤੇ ਰੋਣ ਲੱਗ ਜਾਂਦੇ ਆ, ਅਤੇ ਇਹੋ ਜਿਹੇ ਵੀ ਨੇ ਜਿਨ੍ਹਾਂ ਦੇ ਘਰ ਦੋ ਹੁੰਦੀਆਂ ਨੇ, ਅਤੇ ਉਹ ਹੁਣ ਤੁਸੀਂ ਸਾਡੇ ਬਠਿੰਡਾ ਜ਼ਿਲ੍ਹਾ ਦੇਖ ਲਓ, ਦਫ਼ਤਰ ਦੇਖ ਲਓ, 80% ਮਹਿਲਾਵਾਂ ਨੇ, ਔਫਿਸਰ ਮਹਿਲਾਵਾਂ ਨੇ, ਅਤੇ ਆਉਣ ਵਾਲਾ ਟਾਈਮ ਹੁਣ ਇਹੋ ਜਿਹਾ ਹੀ ਹੋਊਗਾ, ਅਤੇ ਤੁਹਾਨੂੰ 80-90% ਹਰ ਫਰਕ ਹੈ। ਪਰ ਮੇਰਾ ਫਿਰ ਉਹੀ ਕਹਿਣਾ, ਆਪਾਂ ਜਦੋਂ ਤਿਉਹਾਰ ਮਨਾਉਂਦੇ ਹਾਂ ਇੱਕ ਰਵਾਇਤ ਬਣ ਗਈ ਵੀ ਮਨਾਉਣੀ ਹੈ, ਤਿਉਹਾਰ ਮਨਾ ਲੈਂਦੇ ਹਾਂ, ਉਹਦਾ ਜਿਹੜਾ ਹੁਣ ਜਦੋਂ ਧੀਆਂ ਦੀ ਲੋਹੜੀ ਅਸੀਂ ਪਿੱਛੇ ਬੈਨਰ ਲਾਇਆ, ਬੋਲ ਵੀ ਰਹੇ ਹਾਂ, ਬਸ ਇੱਥੋਂ ਨਿਕਲਾਂਗੇ ਫਿਰ ਭੁੱਲ ਜਾਵਾਂਗੇ। ਤੁਸੀਂ ਇਹ ਕਰੋ, ਹਸਪਤਾਲ 'ਚ ਰਾਊਂਡ ਕਰ ਲਓ, ਜਦੋਂ ਡਿਲੀਵਰੀ ਹੁੰਦੀ ਹੈ ਜਣੇਪਾ ਹੁੰਦਾ, ਮੁੰਡੇ ਅਤੇ ਕੁੜੀ ਦੇ ਜਨਮ 'ਚ ਤੁਸੀਂ ਫਰਕ ਦੇਖਿਓ ਪਰਿਵਾਰਾਂ 'ਤੇ,
ਜਦੋਂ ਤੁਹਾਨੂੰ ਕੋਈ ਮਿਲਣ ਆਉਂਦਾ ਨਾ ਧੀ ਦੇ ਜਨਮ 'ਤੇ, ਬੜੀ ਦੁੱਖ ਵਾਲੀ ਗੱਲ ਆ, ਆ ਕੇ ਕਹਿੰਦੀ ਚੱਲ ਫਿਰ ਕੋਈ ਨਾ, ਕੰਨੇ ਆ ਗਈ, ਇਹ ਚੱਲ ਲਕਸ਼ਮੀ ਦਾ ਰੂਪ ਹੈ, ਅਗਲੀ ਵਾਰ ਰੱਬ ਬਹੁਤ ਵਧੀਆ ਕਰੂਗਾ। ਤੁਸੀਂ ਸੁਣਿਆ ਹੋਣਾ ਇਹ ਆਮ ਬੋਲਿਆ, ਔਰ ਇੱਕ ਔਰਤ ਹੀ ਇਹ ਬੋਲਦੀ ਹੈ, ਦੁੱਖ ਦੀ ਗੱਲ ਇਹ ਇੱਕ ਔਰਤ ਹੀ ਬੋਲਦੀ ਹੈ ਇੱਕ ਔਰਤ ਨੂੰ। ਮਤਲਬ ਉਸ ਘਰ 'ਚ ਸ਼ਾਇਦ ਜਸ਼ਨ ਮੰਨ ਰਿਹਾ ਹੁੰਦਾ, ਤਿਉਹਾਰ ਵਾਲਾ ਮਾਹੌਲ ਹੁੰਦਾ ਬੇਟੀ ਦੇ ਪੈਦਾ ਹੋਣ 'ਤੇ, ਜਿਹੜੇ ਲੋਕ ਆਉਂਦੇ ਨੇ ਉਹ ਤੁਹਾਨੂੰ ਇੱਕ ਦੁੱਖ ਮਨਾਉਣ ਵਾਸਤੇ ਕਹਿੰਦੇ ਨਾ ਕਿ ਉਹ ਤੁਹਾਨੂੰ ਜਤਾਣਗੇ ਕਿ ਨਹੀਂ ਬਹੁਤ ਮਾੜਾ ਹੋ ਗਿਆ ਤੁਹਾਡੇ ਬੇਟੀ ਹੋ ਗਈ, ਬਿਲਕੁਲ ਨੈਗੇਟਿਵਿਟੀ ਹੈ। ਤਾਂ ਇੱਕ ਫਿਰ ਲੋਹੜੀ ਦੀ ਵਧਾਈ, ਪਰ ਮੇਰਾ ਫਿਰ ਇਹ ਕਹਿਣਾ ਦੇਖੋ ਜੀ, ਹੈ ਬਹੁਤ ਹੈ, ਜਿਨ੍ਹਾਂ ਦੇ ਘਰ ਲੜਕੀਆਂ ਨਹੀਂ ਹੈ ਉਹ ਲੜਕੀਆਂ ਦੇ ਜਨਮ 'ਤੇ ਖੁਸ਼ੀ ਮਨਾਉਂਦੇ ਨੇ, ਪਰ ਥੋੜ੍ਹੇ ਨੇ, ਹਲੇ ਵੀ ਥੋੜ੍ਹੇ ਨੇ। ਤੁਸੀਂ ਦੇਖਿਆ ਹੋਣਾ 7-7 8-8 ਕੁੜੀਆਂ ਹੋ ਜਾਂਦੀਆਂ ਲੜਕੇ ਦੇ ਚਾਹ 'ਚ। ਗਰਭਪਾਤ ਕਰਾਉਣਾ, ਲਿੰਗ ਟੈਸਟ ਕਰਾਉਣਾ ਗੈਰ ਕਾਨੂੰਨ ਹੈ ਪਰ ਫਿਰ ਵੀ ਹੁੰਦਾ। ਉਸ ਵੇਲੇ ਲੋਕ 20-25-25-30-30 ਹਜ਼ਾਰ ਕਰਕੇ ਸੀਕਰਟ, ਇੱਕ ਕਹਿੰਦੇ ਆ ਨਾ ਗੁਪਤ ਤਰੀਕੇ ਨਾਲ ਲਿੰਗ ਟੈਸਟ ਕਰਾਉਂਦੇ ਆ, ਅਤੇ ਫਿਰ ਉਹਦਾ ਇਹੀ ਜਿਹੀ ਜਗ੍ਹਾ ਤੋਂ ਜਾ ਕੇ ਅਬੋਰਸ਼ਨ ਕਰਾਉਂਦੇ ਆ ਜਿੱਥੇ ਇਲੀਗਲ ਹੁੰਦਾ ਅਤੇ ਅਨਟ੍ਰੇਨਡ ਹੁੰਦਾ, ਮਾਂ ਦੀ ਜ਼ਿੰਦਗੀ ਨੂੰ ਵੀ ਖਤਰਾ ਪੈਦਾ ਕਰਦੇ ਨੇ। ਅਤੇ ਇੱਕ ਰਿਕੁਐਸਟ ਹੈ, ਫਿਰ ਉਹੀ ਬੇਨਤੀ ਹੈ ਕਿ ਆਪਾਂ ਨੂੰ ਜਾਗਰੂਕ ਹੋਣਾ ਪਏਗਾ ਕਿ ਲੜਕੀਆਂ ਅਤੇ ਲੜਕੀਆਂ 'ਚ ਕੋਈ ਫਰਕ ਨਹੀਂ ਹੈ, ਲੜਕੀਆਂ ਜ਼ਿਆਦਾ ਧਿਆਨ ਰੱਖਦੀਆਂ ਨੇ ਮਾਂ ਬਾਪ ਦਾ।